ਵੀਰੋ ਕੱਸੀਆਂ ਦਾ ਨਹਿਰਾਂ ਦਾ ਪਾਣੀ ਪਹੁੰਚਣ ਲੱਗ ਗਿਆ, ਤੁਸੀਂ ਵੀਡੀਓ ਦੇਖਦੇ ਹੋਵੋਗੇ, ਲੋਕ ਦੱਸਦੇ ਆ 35 ਸਾਲ ਬਾਅਦ ਪਾਣੀ ਦੇਖਿਆ ਜੀ, 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ, ਧੰਨਵਾਦ ਜੀ ਭਗਵੰਤ ਮਾਨ ਦਾ ਜੀ। ਵੀਰੋ ਧੰਨਵਾਦ ਮੇਰਾ ਨਹੀਂ, ਧੰਨਵਾਦ ਤੁਸੀਂ ਆਪਣੇ ਹੀ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ ਪਾ ਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ, ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ, ਮੇਰੇ ਹੱਥ 'ਚੋਂ ਪੈਨ ਦਿੱਤਾ ਕਿ ਆਪਾਂ ਕੱਸੀਆਂ ਅਤੇ ਨਹਿਰਾਂ ਦਾ ਪਾਣੀ ਚਲਾ ਲਿਆ, ਜਿੱਦੇ 70% 'ਤੇ ਪਹੁੰਚ ਗਿਆ। 14.5 ਲੱਖ ਟਿਊਬਵੈੱਲ ਹੈ ਪੰਜਾਬ 'ਚ, ਉਹਦੇ 'ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ, ਕਿਉਂਕਿ ਫਿਰ ਟਿਊਬਵੈੱਲ ਕਿਉਂ ਚਲਾਉਣਾ ਜਦੋਂ ਕੱਸੀ ਦਾ ਹੀ ਪਾਣੀ ਆ ਗਿਆ। ਵੀਰੋ ਜਦੋਂ 6 ਲੱਖ ਟਿਊਬਵੈੱਲ ਬੰਦ ਹੋ ਗਏ ਤਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜੋ ਗੁਰੂ ਸਾਹਿਬ ਨੇ ਜੋ 5 ਸਦੀਆਂ ਪਹਿਲਾਂ ਕਹਿਤਾ ਸੀ, ਉਹ ਬਚਨ 'ਤੇ ਵੀ ਆਪਾਂ ਪੂਰੇ ਉਤਰ ਜਾਂਗੇ, ਗੁਰੂਆਂ ਦਾ ਆਸ਼ੀਰਵਾਦ ਮਿਲੂਗਾ। ਅਤੇ ਨਾਲ ਮੇਰਾ 6 ਤੋਂ 7 ਹਜ਼ਾਰ ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ, ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫ਼ਤ ਦਿੰਦੇ ਹਾਂ, ਉਹ ਬਚ ਜੂਗਾ। ਅਤੇ ਵੀਰੋ ਹਿਸਾਬ ਕਿਤਾਬ ਲਾਏ ਪਏ ਨੇ, 5,000 ਤੋਂ 5,500 ਕਰੋੜ ਰੁਪਈਆ ਲੱਗੂਗਾ, ਅਤੇ ਇੰਨਾ ਮੈਂ ਜੇ ਬਚਾ ਲਿਆ ਹਰੇਕ ਸਾਲ 'ਚ, ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਅਤੇ ਆਸ਼ੀਰਵਾਦ ਮਿਲਣਗੇ। ਮਾਵਾਂ ਭੈਣਾਂ ਨੂੰ ਜਿਹੜਾ 1,000 ਰੁਪਇਆ ਮਹੀਨਾ ਦੇਣਾ, ਉਹ ਲਾਗੂ ਕਰ ਦੂੰਗਾ ਜੀ ਮੈਂ। ਵੀਰੋ ਜੇ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਜਾਂ ਮੈਂ ਵੋਟ ਬੈਂਕ ਦੀ ਰਾਜਨੀਤੀ ਕਰਨੀ ਹੁੰਦੀ, ਮੈਂ ਕਹਿ ਦਿੰਦਾ ਚਲੋ ਐਂ ਕਰਦੇ ਹਾਂ, ਫਰਵਰੀ ਮਾਰਚ ਤੋਂ 1,000 ਰੁਪਇਆ ਮਹੀਨਾ ਦੇਣ ਲੱਗ ਜਾਂਦੇ ਹਾਂ, ਵੋਟਾਂ ਤੋਂ ਬਾਅਦ ਬੰਦ ਕਰ ਦਾਂਗੇ ਸਕੀਮ। ਮੈਂ ਵੀ ਕਰ ਸਕਦਾ ਸੀ, ਪਰ ਨਹੀਂ, ਮੈਨੂੰ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਹੋਇਆ ਕਿ ਜਿਹੜਾ ਵਾਅਦਾ ਕੀਤਾ ਉਹਨੂੰ ਪੂਰਾ ਕਰਨਾ ਲੰਬੇ ਸਮੇਂ ਵਾਸਤੇ। ਬਿਜਲੀ ਦੇ ਬਿੱਲ ਅੱਜ 0 ਆਉਂਦੇ ਨੇ, ਇਹ ਤਾਂ ਨਹੀਂ ਹੈਗਾ ਕਿ ਕੋਈ ਬਿਜਲੀ ਦਾ ਬਿੱਲ ਵਿਚਾਲੋਂ ਬੰਦ ਕਰਤਾ ਵੀ ਹੁਣ ਆਇਆ ਕਰਨਗੇ, ਉਹ ਐਂ ਆਉਂਦੇ ਰਹਿਣਗੇ, ਕਿਉਂਕਿ ਮੈਂ ਪੂਰੇ ਪਲੈਨਿੰਗ ਨਾਲ ਉਹ ਬਿੱਲਾਂ ਦਾ ਜਿਹੜਾ ਬਜਟ ਬਣਾਇਆ ਹੋਇਆ ਬਿਲਕੁਲ ਇਸੇ ਤਰ੍ਹਾਂ। ਬਸ ਅਗਲੇ ਥੋੜ੍ਹੇ ਸਮੇਂ 'ਚ ਹੀ ਵੀਰੋ ਮਾਵਾਂ ਭੈਣਾਂ ਦਾ 1,000 ਰੁਪਏ ਵਾਲਾ ਸਕੀਮ ਸ਼ੁਰੂ ਹੋਊਗੀ, ਫਿਰ ਦੁਬਾਰੇ ਬੰਦ ਨਹੀਂ ਹੋਊਗੀ, ਉਹ ਹਰੇਕ ਮਹੀਨੇ ਮਿਲਿਆ ਕਰਨਗੇ, ਉਹ ਹਰੇਕ ਮਹੀਨੇ ਮਿਲਿਆ ਕਰਨਗੇ, ਜੋ ਸਨਮਾਨ ਦੀ ਰਾਸ਼ੀ ਹੈ। ਹਾਲਾਂਕਿ ਵਾਅਦਾ 5 ਸਾਲ 'ਚ ਪੂਰਾ ਕਰਨ ਦੀ ਗਰੰਟੀ ਦਿੱਤੀ ਸੀ, ਪਰ ਅਸੀਂ ਪਹਿਲਾਂ ਹੀ ਕਰਾਂਗੇ। ਜਿਸ ਤਰ੍ਹਾਂ ਮੀਤ ਨੇ ਕਿਹਾ, ਕਈ ਵਾਅਦੇ ਤਾਂ ਇਹੋ ਜਿਹੇ ਪੂਰੇ ਕਰਤੇ ਜਿਹਦੇ ਬਾਰੇ ਤੁਸੀਂ ਸੋਚਿਆ ਹੀ ਨਹੀਂ ਸੀਗਾ। ਅੱਜ ਅਖਬਾਰ ਦੇ ਵਿੱਚ ਛਪਿਆ, ਅੱਜ ਹਿੰਦੀ ਦੇ ਇੱਕ ਅਖਬਾਰ ਛਪਿਆ, ਦੇਸ਼ ਦਾ ਵੱਡਾ ਅਖਬਾਰ ਹੈ, ਉਹ ਕਹਿੰਦਾ ਕਿ SSF ਕਰਕੇ, ਸੜਕ ਸੁਰੱਖਿਆ ਫੋਰਸ ਕਰਕੇ 5,800 ਜ਼ਖਮੀਆਂ ਦੀ ਜਾਨ ਬਚ ਗਈ 3 ਮਹੀਨਿਆਂ 'ਚ, 90 ਦਿਨਾਂ 'ਚ 5,800। ਇਹ ਪੁੰਨ ਦਾ ਕੰਮ ਹੈ ਵੀਰੋ, ਅੱਜ ਦੇ ਜ਼ਮਾਨੇ 'ਚ ਭਾਈ ਭਾਈ ਦਾ ਵੈਰੀ ਹੋਇਆ ਪਿਆ, ਇੱਥੇ ਪੁੱਤ ਪਿਓ ਦੇ ਕਤਲ ਕਰੀ ਜਾਂਦੇ ਆ, ਉੱਥੇ ਕਿਸੇ ਦੀ ਜਾਨ ਬਚਾਉਣੀ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ, ਪੁੰਨ ਦਾ ਕੰਮ ਹੈ। ਮੈਂ ਗੁਜਰਾਤ ਜਾ ਰਿਹਾ ਸੀ ਪਰਸੋਂ, ਤਾਂ ਮੈਂ ਦਿੱਲੀ ਤੋਂ ਇੱਥੋਂ ਚੰਡੀਗੜ੍ਹ ਤੋਂ ਦਿੱਲੀ ਜਾ ਰਿਹਾ ਸੀ, ਜਹਾਜ਼ ਦੇ ਵਿੱਚ ਇੱਕ ਪਰਿਵਾਰ ਮਿਲਿਆ ਮੈਨੂੰ, ਇੱਕ ਕੁੜੀ ਸੀ, ਇੱਕ ਉਹਦੀ ਮਾਂ ਸੀ, ਇੱਕ ਉਹਦੀ ਦਾਦੀ ਸੀ 70 ਸਾਲ ਦੀ, ਇੱਕ ਉਹਦਾ ਭਾਈ ਸੀ ਅਤੇ ਇੱਕ ਉਹਦੀ ਭਰਜਾਈ ਸੀ, ਚੂੜਾ ਪਾਇਆ ਹੋਇਆ ਸੀ, ਨਵਾਂ ਵਿਆਹ ਹੋਇਆ ਹੋਣਾ। ਉਹ ਕੁੜੀ ਮੈਨੂੰ ਕਹਿੰਦੀ, ਅੱਜ ਮੇਰੀ ਜ਼ਿੰਦਗੀ ਦਾ ਬਹੁਤ ਵੱਡਾ ਦਿਨ ਹੈ ਮਾਨ ਸਾਹਿਬ, ਤੁਹਾਡੇ ਕਰਕੇ। ਮੈਂ ਕਿਹਾ ਜੀ ਮੈਂ ਤਾਂ ਤੁਹਾਨੂੰ ਜਾਣਦਾ ਵੀ ਨਹੀਂ, ਮੈਂ ਕੀ ਕਰਤਾ ਦੱਸੋ। ਕਹਿੰਦੇ ਤੁਸੀਂ ਮੈਨੂੰ ਪਟਵਾਰੀ ਭਰਤੀ ਕਰ ਲਿਆ, ਨਿਯੁਕਤੀ ਪੱਤਰ ਸਾਨੂੰ ਮਿਲ ਗਏ, ਟ੍ਰੇਨਿੰਗ ਸਾਡੀ ਚੱਲ ਰਹੀ ਹੈ, ਤੁਸੀਂ ਟ੍ਰੇਨਿੰਗ ਦੀ ਵੀ ਤਨਖਾਹ ਦੇਣ ਲੱਗ ਗਏ। ਮੈਨੂੰ ਪਹਿਲੀ ਤਨਖਾਹ ਮਿਲੀ ਹੈ 20 ਦਿਨ ਪਹਿਲਾਂ। ਵੀਰੋ ਉਹ ਕਹਿੰਦੀ ਮੈਂ ਆਪਣੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਜਿੱਦਣ ਸਰਕਾਰੀ ਨੌਕਰੀ ਦੀ ਪਹਿਲੀ ਤਨਖਾਹ ਮਿਲੂਗੀ, ਮੈਂ ਆਪਣੀ ਦਾਦੀ ਸਮੇਤ ਸਾਰੇ ਪਰਿਵਾਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ, ਅੱਜ ਮੈਂ ਦਿੱਲੀ ਲੈ ਕੇ ਚੱਲੀ ਹਾਂ। ਏਡੀਆਂ ਛੋਟੀਆਂ ਛੋਟੀਆਂ ਖੁਸ਼ੀਆਂ, ਇਹ ਪਹਿਲਾਂ ਕਿੱਧਰ ਗਈਆਂ ਸੀ ਖੁਸ਼ੀਆਂ, ਇਹ ਸਾਡੇ ਤੋਂ ਖੁਸ਼ੀਆਂ ਖੋਹ ਲਈਆਂ ਸੀ, ਸੱਥਾਂ 'ਚੋਂ ਰੌਣਕਾਂ ਚਲੀਆਂ ਗਈਆਂ ਸੀ, 25-25, 30-30 ਸਾਲ ਦੇ ਜਵਾਕਾਂ ਦੀਆਂ ਦਾੜੀਆਂ ਚਿੱਟੀਆਂ ਹੋ ਗਈਆਂ, ਚਿੰਤਾ ਚਿਖਾ ਸਮਾਨ ਕਿ ਕੀ ਕਰਾਂਗੇ ਯਾਰ,
ਕਿੱਧਰ ਜਾਵਾਂਗੇ? ਜਿਹੜਾ ਵਿੱਤ ਮੰਤਰੀ ਸੀ ਉਹ ਰੋਜ਼ ਬਿਆਨ ਦਿੰਦਾ ਸੀ ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਫਿਰ ਮੁੰਡੇ ਕੁੜੀਆਂ ਭੱਜਣ ਲੱਗ ਗਏ ਇੱਥੋਂ, ਚਲੋ ਕੈਨੇਡਾ, ਚਲੋ ਆਸਟ੍ਰੇਲੀਆ। ਨਾ ਵੀਰੋ, 2.5 ਸਾਲ ਹੋ ਗਏ ਮੇਰੇ ਮੂੰਹੋਂ ਕਦੇ ਸੁਣਿਆ ਕਿ ਖਜ਼ਾਨਾ ਖਾਲੀ ਹੈ? ਵਿੱਤ ਮੰਤਰੀ ਬੈਠਾ, ਕਦੇ ਇਹਨੇ ਕਿਹਾ ਕਿ ਖਜ਼ਾਨਾ ਖਾਲੀ ਹੈ? ਖਜ਼ਾਨਾ ਵੀ ਭਰਾਂਗੇ, ਨੌਕਰੀਆਂ ਵੀ ਦੇਵਾਂਗੇ, ਬਿਜਲੀ ਫਰੀ ਦੇਵਾਂਗੇ, ਹਸਪਤਾਲ ਮੁਹੱਲਾ ਕਲੀਨਿਕ ਬਣਾਵਾਂਗੇ, ਸਕੂਲ ਬਣਾਵਾਂਗੇ, ਅਤੇ ਨਾਲੇ ਖਜ਼ਾਨਾ ਨਹੀਂ ਖਾਲੀ ਹੋਣ ਦਿੰਦੇ। ਇਹ ਤਰੀਕਾ ਹੁੰਦਾ ਕਿ ਚਲਾਉਣ ਦਾ।